ਨਾਓ ਨਿਊ ਹੋਟਲ ਨਿਊ ਲੋਕੇਸ਼ਨ ਪੈਰਿਸ ਦੇ ਵਿੱਚ ਹੀ ਰਾਤ ਨੂੰ ਡਾਂਸ ਦਾ ਪ੍ਰੋਗਰਾਮ ਹੁੰਦਾ ਹੈਲੋ ਹਾਉ ਯੂ ਸਰ ਹਿਟ ਹਿਟ ਇੰਡੀਆ ਜਿੱਥੇ ਆਉਣਾ ਸੀ ਉੱਥੇ ਪਹੁੰਚ ਚੁੱਕੇ ਹਾਂ ਇਹ ਜਗ੍ਹਾ ਇੱਥੇ ਫੇਮਸ ਕਾਫੀ ਫੂਡ ਸਰਚ ਕਰਦੇ ਘੁੰਮ ਰਹੇ ਹਾਂ ਤਾਂ ਥੋੜ੍ਹਾ ਡਰ ਘੱਟ ਲੱਗਦਾ ਜਿੱਥੇ ਪਹਿਲਾਂ ਹੋਟਲ ਸੀ ਉੱਥੇ ਥੋੜ੍ਹਾ ਜਿਹਾ ਘਬਰਾਉਂਦੇ ਸੀ ਇਹੀ ਜਗ੍ਹਾ ਜਾਣਾ ਅਤੇ ਉਹ ਸਾਡੇ ਸਾਹਮਣੇ ਉਹਦੀ ਸਟਰੀਟ ਫੂਡ ਔਡਰ ਕੀਤਾ ਇੱਥੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਇੱਕ ਵਾਰ ਫਿਰ ਤੋਂ ਲਓ ਜੀ ਹੋ ਗਏ ਤਿਆਰ ਨਾਓ ਨਿਊ ਹੋਟਲ ਨਿਊ ਲੋਕੇਸ਼ਨ ਪੈਰਿਸ ਦੇ ਵਿੱਚ ਹੀ ਅਤੇ ਹੋਟਲ ਬੜਾ ਵਧੀਆ ਮੈਂ ਤੁਹਾਨੂੰ ਪਹਿਲਾਂ ਵੀ ਦਿਖਾ ਚੁੱਕਿਆ ਇਹ ਬਾਕੀ ਹੁਣ ਤੁਹਾਨੂੰ ਇੱਕ ਵਾਰ ਦਿਖਾਉਂਦਾ ਬਾਹਰ ਤੋਂ ਫਿਰ ਅਤੇ ਇਹਦਾ ਵਿਊ ਇੱਥੇ ਦਾ ਕਿਵੇਂ ਹੈ ਕਿਵੇਂ ਨਹੀਂ ਇਹ ਦੇਖੋ ਇਸ ਓਪਨ ਬਾਰਿਸ਼ ਹੋ ਰਹੀ ਹੈ ਥੋੜ੍ਹੀ ਥੋੜ੍ਹੀ ਅਤੇ ਆਹ ਦੇਖੋ ਕਮਾਨੇ ਕੈਮਰਾ ਪੂਰਾ ਸਾਡਾ ਹੈਗਾ ਇਹ ਪ੍ਰੋਗਰਾਮ ਮੋਲਾ ਰੂਚ ਇੱਥੇ ਕਰਕੇ ਜਗ੍ਹਾ ਹੈ ਜਿੱਥੇ ਨਾ ਡਾਂਸ ਵਗੈਰਾ ਹੁੰਦਾ ਹੈ ਕਾਫੀ ਅੱਛਾ ਸ਼ੋਅ ਹੁੰਦਾ ਵਿਦ ਡਿਨਰ ਅਤੇ ਬਾਰਿਸ਼ ਹੋ ਰਹੀ ਹੈ ਪਰ ਚਲੋ ਨੋ ਡਾਊਟ ਜਾਣਾ ਤਾਂ ਹੈਗਾ ਹੀ ਹੈ ਸ਼ਾਮ ਦੇ 7:15 ਦੇ ਕਰੀਬ ਦਾ ਟਾਈਮ ਹੋ ਚੁੱਕਿਆ ਹੈ ਇਹ ਮੇਰੇ ਹੋਟਲ ਤੋਂ ਵਿਊ ਹੈ ਲਓ ਜੀ ਫਿਰ ਤੋਂ ਇੱਕ ਵਾਰ ਪੈਰਿਸ ਦੀਆਂ ਗਲੀਆਂ ਦੇ ਵਿੱਚ ਹੈਲੋ ਹਾਉ ਯੂ ਸਰ ਹਿਟ ਹਿਟ ਇੰਡੀਆ ਯਾ ਆਈ ਐਮ ਫਰੋਮ ਇੰਡੀਆ ਨੋ ਅਬਾਊਟ ਮੀ ਵੇਲ ਕਮ ਟੂ ਪਾਰੀ ਯਾ ਗੁੱਡ ਪੈਰਿਸ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਬੰਦੇ ਇਹੋ ਜਿਹੇ ਮਿਲੂਗੇ ਜਿਹੜੇ ਤੁਹਾਨੂੰ ਨਾਲ ਰਾਹ ਚੱਲਦੇ ਗੱਲ ਕਰੂੰਗੇ ਤੁਹਾਨੂੰ ਆਪਣੀ ਗੱਲਾਂ ਚਲਾਉਣ ਦੀ ਕੋਸ਼ਿਸ਼ ਕਰੂੰਗੇ ਪਰ ਤੁਸੀਂ ਉਹਨਾਂ ਨਾਲ ਕੋਈ ਫਾਲਤੂ ਗੱਲ ਨਹੀਂ ਕਰਨੀ ਕਿਉਂਕਿ ਇਹਨਾਂ ਵਿੱਚੋਂ ਕੋਈ ਕੋਈ ਚੋਰ ਵੀ ਹੋ ਸਕਦੇ ਹੈ ਜਾਂ ਤੁਹਾਡਾ ਪਰਸ ਵਗੈਰਾ ਕੱਢ ਸਕਦੇ ਹੈ ਤਾਂ ਨੋ ਡਾਊਟ ਤੁਸੀਂ ਗੱਲ ਕਰ ਸਕਦੇ ਹੈ ਪਰ ਆਪਣੇ ਆਪ ਨੂੰ ਪੂਰਾ ਐਕਟਿਵ ਰੱਖਣਾ ਹੈ ਸੁਚੇਤ ਰਹਿਣਾ ਹੈ ਸਟਰੀਟ ਫੂਡਸ ਦਿਸ ਕਾਈਂਡ ਆਫ ਸਟਰੀਟ ਫੂਡਸ ਅਵੇਲੇਬਲ ਹੇਅਰ ਅਤੇ ਇੱਕ ਅੱਛੀ ਜਗ੍ਹਾ ਹੈ ਵੀ ਜਿੱਥੇ ਅਸੀਂ ਆਏ ਹਾਂ ਲੈ ਕੇ ਤੁਹਾਨੂੰ ਆ ਕੇ ਦੇਖਦੇ ਜਾ ਕੇ ਇੱਥੇ ਦਾ ਪੀ ਵੀ ਆਰ ਲਾ ਲਓ ਥੀਏਟਰ ਮੂਵੀ ਸ਼ੋਅ ਇੱਥੇ ਹੁੰਦੇ ਆ ਸਾਰੇ ਡਿਸਪਲੇ ਹੋ ਰਹੀ ਹੈ ਵੀ ਕਿਹੜੀ ਕਿਹੜੀ ਮੂਵੀ ਕਿਹੜੀ ਕਿਹੜੀ ਮੂਵੀ ਨਹੀਂ ਸਟ੍ਰੇਟ ਵੀ ਆਰ ਗੋਇੰਗ ਸਟ੍ਰੇਟ ਇੱਥੋਂ ਵਾਕਿੰਗ ਡਿਸਟੈਂਸ ਹੈਗਾ 400 ਮੀਟਰ ਦਾ ਪਹੁੰਚਦੇ ਉੱਥੇ ਲਓ ਜੀ ਜਿੱਥੇ ਆਉਣਾ ਸੀ ਉੱਥੇ ਪਹੁੰਚ ਚੁੱਕੇ ਹਾਂ ਇਹ ਜਗ੍ਹਾ ਇੱਥੇ ਫੇਮਸ ਕਾਫੀ ਮੋਲਾ ਰੂਚ ਕਰਕੇ ਇੱਥੇ ਨਾਈਟ ਸ਼ੋਅ ਹੁੰਦਾ ਰਾਤ ਨੂੰ ਅਤੇ Thank you.
ਵੈਸੇ ਵੀ ਕਾਫੀ ਅੱਛੀ ਜਗ੍ਹਾ ਹੈ ਇੱਥੇ ਬਹੁਤ ਜੀ ਰਾਤ ਦੇ 10 ਵੱਜ ਗਏ ਅਤੇ ਅਸੀਂ ਪੈਰਿਸ ਦੀ ਗਲੀਆਂ ਦੇ ਵਿੱਚ ਫੂਡ ਸਰਚ ਕਰਦੇ ਘੁੰਮ ਰਹੇ ਹਾਂ ਪਤਾ ਨਹੀਂ ਹੁਣ ਇਹ ਠੀਕ ਹੈ ਗਲਤ ਹੈ ਰਾਤ ਤਾਂ ਕਾਫੀ ਜ਼ਿਆਦਾ ਟਾਈਮ ਹੋ ਚੁੱਕਿਆ ਥੋੜ੍ਹਾ ਜਿਹਾ ਵੈਸੇ ਵੀ ਉੱਪਰ ਇਹਦੇ ਵਿੱਚ ਡਰ ਤਾਂ ਲੱਗਦਾ ਹੀ ਹੈ ਬਟ ਹੋਪਫੁਲ ਸਭ ਕੁਝ ਠੀਕ ਰਹੇ ਕਿਉਂਕਿ ਆਲਮੋਸਟ ਕਾਫੀ ਜਾਣੇ ਫਿਰ ਵੀ ਹੈਗੇ ਆ ਇੱਥੇ ਘੁੰਮ ਰਹੇ ਹਾਂ ਚਹਿਲ ਪਹਿਲਾਂ ਇਹਦੇ ਚੰਗੇ ਏਰੀਏ 'ਚ ਮਤ ਗਏ ਅਸੀਂ ਤਾਂ ਥੋੜ੍ਹਾ ਡਰ ਘੱਟ ਲੱਗਦਾ ਜਿੱਥੇ ਪਹਿਲਾਂ ਹੋਟਲ ਸੀ ਉੱਥੇ ਥੋੜ੍ਹਾ ਜਿਹਾ ਘਬਰਾਉਂਦੇ ਸੀ ਵੀ ਇਸ ਟਾਈਮ ਰਾਤ ਦਾ ਟਾਈਮ ਹੈ ਨਿਕਲੀਏ ਨਾ ਨਿਕਲੀਏ ਬਟ ਨਾਓ ਇਟਸ ਗੁੱਡ ਯਾ ਦੈਟਸ ਆਈ ਹਾਂ ਜੋ ਸੋਚਿਆ ਸੀ ਉਹ ਮਿਲ ਗਿਆ ਅੱਜ ਕਰੋ ਅਸੀਂ ਇਹੀ ਮਾਰਕੀਟ ਮਿਸ ਕਰ ਰਹੇ ਸੀ ਇਹੀ ਜਗ੍ਹਾ ਜਾਣਾ ਅਤੇ ਉਹ ਸਾਡੇ ਸਾਹਮਣੇ ਹੈ ਲਓ ਜੀ ਆ ਗਏ ਪੈਰਿਸ ਦੇ ਸਵੀਟ ਫੂਡ ਮਾਰਕੀਟ ਪੂਰੀ ਮਜ਼ੇਦਾਰ ਇੰਜੋਏ ਕਰਦੇ ਹੋਏ ਲਓ ਜੀ ਸਵੀਟ ਫੂਡ ਔਡਰ ਕੀਤਾ ਇੱਥੇ ਸਵੀਟ ਫੂਡ ਇੰਜੋਏ ਕਰਦੇ ਹੋਏ ਬੜੀ ਵਧੀਆ ਜਗ੍ਹਾ ਹੈ ਰੇਲੇ ਲਾਈਨ ਲਗਾ ਪਰ ਬੜਾ ਮਜ਼ਾ ਆ ਰਿਹਾ ਇੱਥੇ ਬੈਠ ਸਰਚ ਕੀਤੀ ਸੀ ਤਾਂ ਪਹੁੰਚੇ ਗਏ ਮੈਟਰੋ ਲੈ ਕੇ ਘੁੰਮਦੇ ਘੁੰਮਾਉਂਦੇ ਇੱਥੇ ਅਤੇ ਆਪਣਾ ਦੇਖਦੇ ਹਾਂ ਐਕਸਪੀਰੀਅੰਸ ਕਿਵੇਂ ਦਾ ਹੈਗਾ ਹੈ ਤਾਂ ਵੈਸੇ ਵਧੀਆ ਹੈ ਸੇਮ ਪੇਜ